ਤਸਰੀ ਹੈ ਕਾ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆ ਬਰਨਾਲਾ ਟਰੈਕਟਰ ਮੰਡੀ ਇਹ 2022 ਦੇ ਆਖਰੀ ਮੰਡੀ ਹੈ ਜੀ ਬਰਨਾਲਾ ਮੰਡੀ ਆਓ ਦੇਖੀਏ ਟਰੈਕਟਰ ਜੀ ਮੈਸੀ 9500 ਬਹੁਤ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ 17 ਮਾਡਲ ਹੈ ਇਹਦੀ ਡਿਮਾਂਡ ਕੀਤੀ ਗਈ ਹੈ ਜੀ 490000 ਰੁਪਏ ਜੀ ਦੇਖ ਸਕਦੇ ਹੋ ਬਹੁਤ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਸਾਫ਼ ਪਈ ਹੈ ਜੀ ਬਹੁਤ ਸਾਫ਼ ਸੁਥਰਾ ਟਰੈਕਟਰ ਹੈ ਜੀ ਅੱਗੇ ਆ ਗਿਆ ਜੀ 855 ਮਾਡਲ 2017 ਜੀ ਇਹ ਵੀ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਹੈ ਇਸ ਦੀ ਡਿਮਾਂਡ 6 ਲੱਖ 15000 ਰੁਪਏ ਕੀਤੀ ਗਈ ਹੈ ਜੀ ਬਾਕੀ ਮੌਕੇ ਤੇ ਮਾਤਨ ਹੋ ਜਾਊਗਾ ਸਕਰੀਨ ਉੱਪਰ ਚੱਲ ਰਹੇ ਨੰਬਰਾਂ ਦੇ ਕੰਟੈਕਟ ਕਰ ਸਕਦੇ ਹੋ ਜੀ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ ਅੱਗੇ ਹੈ ਜੀ ਅਰਜਨ 605 ਇਹ ਵੀ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ 2013 ਮਾਡਲ ਆ ਜੀ ਇਸ ਦੀ ਡਿਮਾਂਡ ਹੈ 475000 ਰੁਪਏ ਕੀਤੀ ਗਈ ਹੈ ਜੀ ਅੱਗੇ ਹੈ ਫੋਰਡ 3730 ਨਿਊ ਹਾਲੈਂਡ ਵਾਲਾ ਦਾ ਜੀ 2001 ਮਾਡਲ ਆ ਇਸ ਦੀ ਡਿਮਾਂਡ 260000 ਰੁਪਏ ਕੀਤੀ ਗਈ ਹੈ ਇਹ ਵੀ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਬਹੁਤ ਸਾਫ ਸੁਥਰੀ ਹਾਲਤ ਦੇ ਵਿੱਚ ਟਰੈਕਟਰ ਆਇਆ ਨਹੀਂ ਮੰਡੀ 'ਚ ਜੀ ਅਗੇ ਨਿਊ ਹਾਲੈਂਡ 3730 2016 ਮਾਡਲ ਹੈ ਜੀ ਇਸ ਦੀ ਰਿਵਾਡ 5 ਲੱਖ 40000 ਰੁਪਏ ਕੀਤੀ ਗਈ ਹੈ ਜੀ ਦੇਖ ਸਕਦੇ ਹੋ ਬਹੁਤ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆਇਆ ਜੀ ਟਾਇਰਾਂ ਦੇ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ ਜੀ ਪੇਂਡ ਕਿਥੋਂ ਲਿਆ ਨਹੀਂ ਹੋਇਆ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਹੈ ਜੀ ਅੱਗੇ ਆ ਗਿਆ ਅਰਜਨ 605 2013 ਮਾਡਲ ਹੈ ਜੀ ਇਸ ਦੀ ਡਿਮਾਂਡ 430000 ਰੁਪਏ ਕੀਤੀ ਗਈ ਹੈ ਜੀ ਇਹਦਾ ਵੀ ਮੌਕੇ ਤੇ ਮਾਨਤਾਨ ਹੋ ਜਾਊਗਾ ਲੈਣ ਦੇ ਚਾਹਵਾਨਾ ਵੀ ਇੱਕ ਵਾਰੀ ਕੰਟੈਕਟ ਜਰੂਰ ਕਰਨ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਅੱਗੇ ਆ ਗਿਆ ਸੋਨਾਲੀਗਾ 60 2002 ਮਾਡਲ ਇਸ ਦੀ ਡਿਮਾਂਡ 235000 ਰੁਪਏ ਕੀਤੀ ਗਈ ਹੈ ਜੀ ਇਹ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ। ਦੇਖ ਸਕਦੇ ਹੋ ਇੰਜਨ ਬਿਲਕੁਲ ਸਾਫ ਓਕੇ ਹੈ ਜੀ। ਇੰਜਨ ਗੇਅਰ ਦਾ ਓਕੇ ਆ। ਅਗ ਹੈ ਜੀ ਫਾਰਮ 65 EPI 2010 ਮਾਡਲ ਇਸ ਦੀ ਡਿਮਾਂਡ 3,65,000 ਰੁਪਏ ਕੀਤੀ ਗਈ ਹੈ ਜੀ। ਇਹ ਵੀ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ। ਦੇਖ ਸਕਦੇ ਹੋ ਬਹੁਤ ਸੰਭਾਈ ਹੈ। ਇੱਕ ਹੱਥ ਚੱਲੇ ਟਰੈਕਟਰ। ਅਗਰ ਹੈ ਅਰਜਨ 555 2018 ਮਾਡਲ ਇਸਦੀ ਡਿਮਾਂਡ 535000 ਰੁਪਏ ਕੀਤੀ ਗਈ ਹੈ ਜੀ ਇਹ ਵੀ ਬਹੁਤ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆਇਆ ਜੀ ਦੇਖ ਸਕਦੇ ਹੋ ਬਹੁਤ ਸਾਫ ਸੁਥਰਾ ਟਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ ਜੀ ਬਹੁਤ ਹੀ ਸਾਫ ਹਾਲਤ ਦੇ ਵਿੱਚ ਟਰੈਕਟਰ ਹੈ ਜੀ ਅਗਰ ਹੈ ਜੌਂਡੀਅਰ 5510 2011 ਮਾਡਲ ਹੈ ਜੀ ਇਹਦੀ ਡਿਮਾਂਡ 495000 ਰੁਪਏ ਕੀਤੀ ਗਈ ਜੀ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਬਹੁਤ ਹੀ ਸਾਫ ਸੁਥਰੀ ਹਾਲਤ ਦੇ ਵਿੱਚ ਪਿਆ ਜੀ ਦੇਖ ਸਕਦੇ ਹੋ ਪਾਇਦਾ ਰੰਗ ਬਹੁਤ ਹੀ ਸਾਫ ਟਰੈਕਟਰ ਹੈ ਜੀ ਅਗੇ ਹੈ 855 2017 ਮਾਡਲ ਹੈ ਜੀ ਇਸ ਦੀ ਮਾਲਕ ਵੀਰ ਕੰਨੀਓ ਡਿਮਾਂਡ 535000 ਰੁਪਏ ਕੀਤੀ ਗਈ ਹੈ ਜੀ ਇਹ ਵੀ ਜਿਵੇਂ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜੀ ਬਹੁਤ ਸਾਫ਼ ਕੇ ਰੱਖਿਆ ਹੋਇਆ ਹੈ ਸੀ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਪਿਆ ਜੀ ਅਗ ਹੈ ਇਹ 855 4x4 ਆ ਜੀ 4 ਵੀਲ ਡਰਾਈਵ 2019 ਮਾਡਲ ਆ ਜੀ ਇਸ ਦੀ ਡਿਮਾਂਡ 6 ਲੱਖ 65000 ਰੁਪਏ ਕੀਤੀ ਗਈ ਹੈ ਜੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਹੈ ਜੀ ਮੂਰਲੇ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਇੰਜਨ ਵੀ ਦੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰੀ ਹਾਲਤ ਦੇ ਵਿੱਚ ਹੈ ਜੀ ਇਹ ਨਿਊ 4x4 ਅੱਗੇ ਹੈ ਜੋਂਡੀਅਰ 5210 ਇਹ ਮਾਡਲ 2022 ਹੈ ਜੀ ਇਸ ਦੀ ਮਾਲਕ ਵੀਰ ਕੰਨਿਓ ਡਿਮਾਰਡ 7 ਲੱਖ 70000 ਰੁਪਏ ਕੀਤੀ ਹੈ ਜੀ ਇਹ ਜਮਨ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਆਏ ਨੇ ਜੀ ਬਹੁਤ ਘੱਟ ਚੱਲੇ ਹੋਏ ਨੇ ਬਹੁਤ ਹੀ ਸਾਫ਼ ਸੁਥਰੇ ਟਰੈਕਟਰ ਪਿਆ ਜੀ ਦੇਖ ਸਕਦੇ ਹੋ ਬਹੁਤ ਹੀ ਸਾਫ਼ ਜਿਵੇਂ ਨਿਊ ਕੰਡੀਸ਼ਨ ਆ ਅੱਗੇ ਆ ਗਈ ਸੋਨਾਲੀ ਦਾ RX DI 60 2021 ਮਾਡਲ ਆ ਜੀ ਇਸ ਦੀ ਮਾਲਕ ਵੀਰ ਕੰਨਿਓ ਡਿਵਾਰਡ 6 ਲੱਖ 95000 ਰੁਪਏ ਕੀਤੀ ਗਈ ਹੈ ਜੀ ਇਹ ਵੀ ਜਿਵੇਂ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ ਆਹ ਦੇਖ ਸਕਦੇ ਹੋ ਸੀਟਾਂ ਤੋਂ ਕਾਗਜ਼ ਵੀ ਨਹੀਂ ਲਏ ਅਜੇ ਜਿਵੇਂ ਨਿਊ ਕੰਡੀਸ਼ਨ ਦੇ ਵਿੱਚ ਪਿਆ ਜੀ 2021 ਮਾਡਲ ਹੈ। ਅੱਗੇ ਹੈ ਗਈ ਜੌਂਡੀਅਰ 5305 ਇਹ ਮਾਡਲ 2019 ਹੈ ਜੀ। ਇਸ ਦੀ ਮਾਲਕ ਵੀਰ ਕਣਿਓ ਡਿਮਾਂਡ 7,35,000 ਰੁਪਏ ਕੀਤੀ ਗਈ ਹੈ ਜੀ। ਇਹ ਵੀ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਜਮਨ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਜੀ। ਸਕਰੀਨ ਉੱਪਰ ਚੱਲ ਰਹੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਬਹੁਤ ਹੀ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਨਹੀਂ। ਜਿਵੇਂ ਨਿਊ ਕੰਡੀਸ਼ਨ ਦੇ ਵਿੱਚ ਆ ਤਿੰਨੇ ਟਰੈਕਟਰ ਪਏ ਆ ਜੀ ਜਿਵੇਂ ਇੰਜਨ ਗੇਅਰ ਦੇ ਓਕੇ ਆ ਜਿਵੇਂ ਨਿਊ ਮਾਡਲ ਆ ਜੀ ਨਾ ਨਿਊ ਕੰਡੀਸ਼ਨ ਵਾਲੇ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਜੀ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਹਰ ਬੈਲ ਆਈਕਨ ਦਬਾਇਓ ਜੀ